साहब ने एक गल कही सी कि तुसी अपना चैनल लाओ, शायद तुहानू याद होगा। तो मुख्यमंत्री मान साहब भी बोल पाए सी दूए दिन, वो कहिंदे वी जे अपना चैनल श्रोमणी गुरुद्वारा प्रबंधक कमेटी ने लाउणा तां सरकार भी पैसे मदद कर सकती है, ये किसी का जाति नहीं गा। तो प्रधान साहब का उहदे ते पलटवां बयान आ गया सी वी सानू तुहाडे सरकार वाले पैसों की जरूरत नहीं, ते पर अज बजट आया उहदे च वो सारा कुछ गोल हो गया कम। इहदा मतलब भी जे मैंबर ते प्रधान साहब अकाल तख्त के जथेदार साहब जी के हुक्म नूं फॉलो नहीं करनगे ते फिर वो दूजिआं नूं किवें कहणगे। मैं कहा आपां गलतियां कीतियां, तुसीं भी शामिल हो, मैं भी शामिल हाँ। जरूरी नहीं हुंदा भी आपां डंडा फड़ के गलती करनी है, किसी गल नूं गलत नूं मन लैणा भी गलती है ना। ਤੁਸੀਂ ਦੱਸੋ ਤੁਹਾਡੇ ਚੋਂ ਸੌਦੇ ਸਾਹਿਬ ਨੂੰ ਕਿਹੜੇ ਬੰਦੇ ਨੇ ਮਾਫ਼ੀ ਦਵਾਈ, ਹੱਥ ਖੜਾ ਕਰੋ। ਸਾਰੇ ਚੁੱਪ ਸੀਗੇ। ਮੈਂ ਕਿਹਾ ਫਿਰ ਉਹ ਮਾਫ਼ੀ ਵਾਪਸ ਹੋ ਗਈ। ਮੈਂ ਕਿਹਾ ਉਹ ਦੱਸ ਦਿਓ ਤੁਹਾਡੇ ਚੋਂ ਜੇ ਕਿਸੇ ਨੇ ਵਾਪਸ ਕਰਾਈ ਹੈ ਤਾਂ ਵੀ ਦੱਸ ਦਿਓ। ਪਰ ਮੈਂ ਕਿਹਾ ਗਲਤੀ ਤਾਂ ਹੋਈ ਹੈ ਨਾ। ਮੈਂ ਕਿਹਾ ਹੁਣ ਤੁਸੀਂ ਦੂਜਿਆਂ 'ਤੇ ਉਂਗਲਾਂ ਚੱਕ ਰਹੇ ਹੋ, ਗਲਤੀਆਂ ਆਪਾਂ ਕੀਤੀਆਂ ਉਹੀ ਹੌਲੀ ਹੌਲੀ ਤੁਰੀਆਂ ਜਾਂਦੀਆਂ। ਤਾਂ ਅੱਜ ਸ਼੍ਰੋਮਣੀ ਕਮੇਟੀ ਦਾ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਗਿਆ, ਜਿਸ ਵਿੱਚ 12 ਮਤੇ ਪੇਸ਼ ਕੀਤੇ ਗਏ ਨੇ। ਸਾਡੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬੈਂਸ ਸਾਹਿਬ ਮੌਜੂਦ ਨੇ। ਥੋੜ੍ਹੀ ਬਹੁਤ ਹਲਚਲ ਵੀ ਵੇਖਣ ਨੂੰ ਮਿਲੀ ਬਜਟ ਸੈਸ਼ਨ ਦੇ ਵਿੱਚ, ਅਤੇ ਬੀਤੇ ਕੱਲ੍ਹ ਜਿਹੜੇ ਨੇ ਵੱਡੇ ਫੈਸਲੇ ਵੀ ਲਏ ਗਏ ਨੇ ਪੰਥ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਜਥੇਦਾਰ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ, ਅਤੇ ਗੱਲਬਾਤ ਕਰਕੇ ਜਾਣਦੇ ਹਾਂ ਦੋਵੇਂ ਮੁੱਦਿਆਂ 'ਤੇ। ਬਜਟ ਤੋਂ ਪਹਿਲੇ ਗੱਲ ਕਰਦੇ ਹਾਂ ਵੀ ਅੱਜ ਕਿਸ ਤਰ੍ਹਾਂ ਦਾ ਜਿਹੜਾ ਉਹ ਸੈਸ਼ਨ ਰਿਹਾ। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਜਟ ਸੈਸ਼ਨ ਸੀਗਾ, ਅਤੇ ਬਜਟ ਸੈਸ਼ਨ ਦੇ ਵਿੱਚ ਐਜੂਕੇਸ਼ਨ ਲਈ ਪੈਸੇ ਰੱਖੇ ਹੈ, ਸਿਹਤ ਸਹੂਲਤਾਂ ਲਈ ਰੱਖੇ ਹੈ। ਪਰ ਇਹ ਬਦਕਿਸਮਤੀ ਹੈ ਸਾਡੀ ਕੌਮ ਦੀ ਕਿ ਸਿੰਘ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਆਪਣਾ ਚੈਨਲ ਲਾਓ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਅਤੇ ਮੁੱਖ ਮੰਤਰੀ ਮਾਨ ਸਾਹਿਬ ਵੀ ਬੋਲ ਪਏ ਸੀ ਦੂਏ ਦਿਨ, ਉਹ ਕਹਿੰਦੇ ਵੀ ਜੇ ਆਪਣਾ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਉਣਾ ਤਾਂ ਸਰਕਾਰ ਵੀ ਪੈਸੇ ਮਦਦ ਕਰ ਸਕਦੀ ਹੈ, ਇਹ ਕਿਸੇ ਦਾ ਜਾਤੀ ਨਹੀਂ ਗਾ। ਅਤੇ ਪ੍ਰਧਾਨ ਸਾਹਿਬ ਦਾ ਉਹਦੇ 'ਤੇ ਪਲਟਵਾਂ ਬਿਆਨ ਆ ਗਿਆ ਸੀ ਵੀ ਸਾਨੂੰ ਤੁਹਾਡੇ ਸਰਕਾਰ ਵਾਲੇ ਪੈਸਿਆਂ ਦੀ ਜ਼ਰੂਰਤ ਨਹੀਂ, ਅਤੇ ਪਰ ਅੱਜ ਬਜਟ ਆਇਆ ਉਹਦੇ 'ਚ ਉਹ ਸਾਰਾ ਕੁਛ ਗੋਲ ਹੋ ਗਿਆ ਕੰਮ। ਇਹਦਾ ਮਤਲਬ ਵੀ ਜੇ ਮੈਂਬਰ ਅਤੇ ਪ੍ਰਧਾਨ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਦੇ ਹੁਕਮ ਨੂੰ ਫੋਲੋ ਨਹੀਂ ਕਰਨਗੇ ਤਾਂ ਫਿਰ ਉਹ ਦੂਜਿਆਂ ਨੂੰ ਕਿਵੇਂ ਕਹਿਣਗੇ। ਉਹ ਹੋਣਾ ਚਾਹੀਦਾ ਸੀ ਪਰ ਉਹ ਹੈ ਨਹੀਂ। ਉਹ ਮਾਈਕ ਤਾਂ ਜੀ ਜਿਹੜੇ ਥੱਲੇ ਬੈਠੇ ਨੇਤਾਗਣ ਨੇ ਨਾ ਜੀ, ਜਿਹੜੇ ਮੈਂਬਰ ਸਾਹਿਬਾਨ ਨੇ, ਉਹ ਕਈ ਵਾਰੀ ਐਂ ਸੋਚਦੇ ਵੀ ਸ਼ਾਇਦ ਜੇ ਅਸੀਂ ਉੱਠ ਕੇ ਖੜ੍ਹੇ ਹੋ ਕੇ ਮਾਈਕ ਫੜ ਲਈਏ ਤਾਂ ਸ਼ਾਇਦ ਸਾਡੀ ਕਿਤੇ ਨਾ ਕਿਤੇ ਗੱਲ ਬਣ ਜੂਗੀ। ਹੋਇਆ ਤਾਂ ਉਹੀ ਗੱਲ ਤਾਂ ਮੈਂ ਪਹਿਲਾਂ ਆਖ ਚੁੱਕਿਆ ਸੀਗਾ। ਮੈਂ ਆਪਣੇ ਮੈਂਬਰ ਸਾਹਿਬਾਨਾਂ ਨੂੰ ਜਦੋਂ ਮੈਂ ਬੋਲੇ, ਮੈਂ ਪੁੱਛਿਆ, ਮੈਂ ਕਿਹਾ ਤੁਹਾਡਾ ਜੇ ਕਸੂਰ ਹੋਇਆ ਤਾਂ ਹੱਥ ਖੜਾ ਕਰ ਦਿਓ। ਮੈਂ ਕਿਹਾ ਆਪਾਂ ਗਲਤੀਆਂ ਕੀਤੀਆਂ, ਤੁਸੀਂ ਵੀ ਸ਼ਾਮਿਲ ਹੋ, ਮੈਂ ਵੀ ਸ਼ਾਮਿਲ ਹਾਂ। ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਡੰਡਾ ਫੜ ਕੇ ਗਲਤੀ ਕਰਨੀ ਹੈ, ਕਿਸੇ ਗੱਲ ਨੂੰ ਗਲਤ ਨੂੰ ਮੰਨ ਲੈਣਾ ਵੀ ਗਲਤੀ ਹੈ ਨਾ। ਮੈਂ ਕਿਹਾ ਤੁਸੀਂ ਦੱਸੋ ਤੁਹਾਡੇ 'ਚੋਂ ਸੌਦੇ ਸਾਧ ਨੂੰ ਕਿਹੜੇ ਬੰਦੇ ਨੇ ਮਾਫ਼ੀ ਦਵਾਈ, ਹੱਥ ਖੜਾ ਕਰੋ। ਸਾਰੇ ਚੁੱਪ ਸੀਗੇ। ਮੈਂ ਕਿਹਾ ਫਿਰ ਉਹ ਮਾਫ਼ੀ ਵਾਪਸ ਹੋ ਗਈ। ਮੈਂ ਕਿਹਾ ਉਹ ਦੱਸ ਦਿਓ ਤੁਹਾਡੇ 'ਚੋਂ ਜੇ ਕਿਸੇ ਨੇ ਵਾਪਸ ਕਰਾਈ ਹੈ ਤਾਂ ਵੀ ਦੱਸ ਦਿਓ। ਪਰ ਮੈਂ ਕਿਹਾ ਗਲਤੀ ਤਾਂ ਹੋਈ ਹੈ ਨਾ। ਮੈਂ ਕਿਹਾ ਹੁਣ ਤੁਸੀਂ ਦੂਜਿਆਂ 'ਤੇ ਉਂਗਲਾਂ ਚੱਕ ਰਹੇ ਹੋ, ਗਲਤੀਆਂ ਆਪਾਂ ਕੀਤੀਆਂ ਉਹੀ ਹੌਲੀ ਹੌਲੀ ਤੁਰੀਆਂ ਜਾਂਦੀਆਂ। ਅਤੇ ਇਹੀ ਇਸੇ ਗੱਲ ਨੂੰ ਉਹਨਾਂ ਨੇ ਜਰਾ ਕੁ ਨਿਖਾਰ ਕੇ ਕਹਿਤਾ, ਅਤੇ ਜਦੋਂ ਨਿਖਾਰ ਕੇ ਆਖਿਆ ਕਿ ਮੁੱਖ ਮੰਤਰੀ ਸਾਹਿਬ ਦੇ ਘਰ ਜਥੇਦਾਰ ਜੀ ਜਾ ਕੇ ਮਾਫ਼ੀ ਦੇ ਆਏ, ਅਤੇ ਇਸ ਗੱਲ 'ਤੇ ਹੱਲਾ ਹੋ ਗਿਆ ਜੀ। ਚਲੋ ਖੈਰ ਸ਼ਾਂਤ ਹੋ ਗਿਆ, ਲੇਕਿਨ ਕੱਲ੍ਹ ਦਾ ਇੱਕ ਬੜਾ ਵੱਡਾ ਫੈਸਲਾ ਹੋਇਆ ਸੀ ਪੰਥ ਨੂੰ ਲੈ ਕੇ ਜੀ ਜਾ ਰਿਹਾ ਜੀ ਜੀ ਸ਼ਾਮਿਲ ਹੋਏ, ਉਹਨਾਂ ਨੇ ਵੀ ਆਪਣੀ ਸਹਿਮਤੀ ਜਤਾਈ ਕਿ ਬਹੁਤ ਵਧੀਆ ਫੈਸਲਾ ਹੋਇਆ। 24 ਘੰਟੇ ਮੇਰੇ ਖਿਆਲ ਪੂਰੇ ਹੋ ਚੁੱਕੇ। 24 ਘੰਟੇ ਪੂਰੇ ਹੋ ਗਏ, ਪਰ ਅੱਜ ਜਥੇਦਾਰ ਸਾਹਿਬ, ਅਸੀਂ ਤਾਂ ਉਡੀਕਦੇ ਰਹੇ ਕਿ ਉਹ ਬਜਟ ਸੈਸ਼ਨ 'ਤੇ ਹਮੇਸ਼ਾ ਆਉਂਦੇ ਹੀ ਆ ਤਕਰੀਬਨ, ਪਰ ਹੋ ਸਕਦਾ ਉਹਨਾਂ ਦੇ ਕੋਈ ਇਸੇ ਪ੍ਰਬੰਧ ਨੂੰ ਲੈ ਕੇ ਜ਼ਿਆਦਾ ਰੁਝੇਵੇਂ ਹੋਣ, ਅੱਜ ਉਹ ਮੀਟਿੰਗ 'ਚ ਆ ਨਹੀਂ ਸਕੇ। ਅਤੇ ਇਸ ਕਰਕੇ ਉਹਨਾਂ ਦੇ ਐਲਾਨ ਬਾਰੇ ਮੈਂ ਤਾਂ ਛੋਟਾ ਜਿਹਾ ਤਿਣਕਾ ਇੱਕ, ਮੈਂ ਉਹਨਾਂ ਦੇ ਐਲਾਨ 'ਤੇ ਕੁਛ ਨਹੀਂ ਕਹਿ ਸਕਦਾ, ਉਹ ਤਾਂ ਉਹ ਜੋ ਹੁਕਮ ਕਰਨਗੇ। ਹਾਂਜੀ ਹਾਂਜੀ ਹਾਂਜੀ, ਅਤੇ ਉਹ ਨੈਚੁਰਲੀ ਆ, ਹੁਣ ਸਿੰਘ ਸਾਹਿਬ ਦਾ ਹੁਕਮ ਆ, ਜੋ ਹੁਕਮ ਆਊਗਾ ਅਸੀਂ ਤਾਂ ਉਹਦੇ 'ਤੇ ਫੁੱਲ ਚੜਾਊਗੀ ਸਾਰੀ ਕੌਮ। ਮੈਂ ਤੁਹਾਨੂੰ ਫਿਰ ਬੇਨਤੀ ਕਰਾਂ, ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ,
ते अकाल तख्त साहब के जथेदार ने जो आख्या मैं तो अखर अखर सिर झुका के सिजदा करदा। उन्हां दी भूमिका तुसीं दस्सदी, सरकार दी जिहड़ी भूमिका तुसीं वेखदे हो अपने तौर ते किस तरह दा वतीरा रहा सरकार दा जिहड़े कि अज अजिहे हालात। नहीं, मैं उस चैप्टर ते किंतु परंतु नहीं करना चाहुंदा। राजनीति दा नशा गुरु रामदास कृपा करे किसी नूं चढ़े ना, उह तां इस नशे च तुरे फिरदे आ वी कुछ नहीं विगड़ चलिया। यही हालत पहलां श्रोमणी अकाली दल दे प्रधान दी भी सी, उह कहिंदा सी कुछ नहीं विगड़ चलिया ते पर अज छोटे भाई साहब ने एक दिन मान साहब नूं आख्या सी वी मान साहब तू तुहानूं लोकां ने राज भाग दित्ता ते तुसीं राज भाग करो, तुसीं जिहड़े पासे नूं तुरे जांदे आ एक दिन तुहानूं वी जेल जाना पैना ते तुहाडे लई जेल कट्टणी। जिहड़ा बंदा पैग पुग लाउंदा होवे ना उहदे लई जेल कट्टणी छोटे वीर बहुत औखी हुंदी है। वी तुसीं कृपा करो, तुसीं लोकां लई आए सी सहूलत देण, पर हुण जे सहूलत देण दी बजाए आपां गेर ही पुट्ठा ला दईए वी लोकां दा ध्यान डाइवर्ट हो जाए। लोकां दा ध्यान तां इन्ना ब्रीक आ जी सूई दे नक्के चों लंघा दिंदे आ लोक नहीं किसे नूं बख्शदे नहीं, क्योंकि जो वायदे किए हुए तो पूरे करने पैणगे। होर तुसी हुण कारपोरेशन की इलैक्शन ओवरड्यू सी, साडे काउंसलर खड़े है वो मेरा ख्याल इलैक्शन अनाउंस ही नहीं होनी। मैं भी पूछया सीगा अपना स्थानक सरकार मंत्री जी जी उन्हां ने कोई डेट नहीं दसी? नहीं डेट, हाँ डेट दस नहीं, स्थिति नहीं है डेट दसण दी, स्थिति होएगी तो दसांगे ना। पहला मंगना हुंदा छोटे वीर, फिर ब्याह की डेट पक्की हुंदी है, हजे तो मंगना नहीं होया संगरूर तो मैंबर पार्लीमेंट सन ते उस तो बाद मुख्यमंत्री हो गए। मुख्यमंत्री होने तो बाद संगरूर हार जाए ते किला ढहण वाली गल ही छोटे वीर हुंदी है। मेरी निगाह च तां किला ढह गया ते हुण बाकी रहिंदा खुंदा जलंधर, जलंधर वाली इलैक्शन च, हाँ जी जलंधर जिमनी चोन च जिहड़ा रहिंदा खुंदा आ वो साबती इट बची आ, वो मशीन च पै जाणी आ, किट्टा लै आणी आ, वो भी रोड़ी बन जाणी आ। ते हुण गाह समें दे विच जिहड़ा इक कैंडीडेट है आम आदमी पार्टी शामिल होया, तुहानूं लगदा है वी क्योंकि पिछला इतिहास च देखिया जावे ते उत्थे कांग्रेस ते अकाली दल दी टक्कर रहिंदी है उस सीट ते? जी जी, अकाली दल दा इक बंदा जिहड़ा आ ओह अज पिछले कल जिहड़ा ओह शामिल होया, नहीं उहनां दे विच तुसीं उहनूं कहिंदे आ वी ओह अकाली दल दा आ? उदू पहला कि उन्हें कोई पार्टी छड़ी नहीं, उन्होंने तो मेरे सत्कार योग आ, मैं किसी के जाति खिलाफ नहीं, पर उन्होंने तो सारिया पार्टियां PPP ते दूजी ते तीजी ते चौथी है ना, हुण चलो गुरु कृपा करे कितने टिक जाण। नहीं ये तो कंध ते लिखा हुआ जी, पढ़ लियो तुसीं, मेरे तो क्यों कहने कंध ते लिखा पिया भी पता साफ। ये सन जी बैंस साहब जिन्होंने SGPC मैंबर जिन्हों वालों साफ तौर पर एक बजट की जी गल अज कही गई है उसके बारे भी गल की है, बजट के जो हंगामा है उसके बारे भी जोड़ा उन्होंने जिक्र दसिया, राजनीतिक हालात जो इस वे बने हुए ने सरकारां दे, सरकार किस नशे विच ने राजनीतिक नशे विच उन्हां दा कहना है, और दूसरा जी जिमनी चोन है उस दे विच भी उन्होंने कहा कि कंध ते लिखा होया कि अज सरकार जितण दे हालात विच नहीं है, तां ही जिहड़ियां स्थानक सरकारां दीआं जिहड़ियां चोणां ने वह भी नहीं करवाइया जा रही ने। सो वेखते हैं जी सरकार दल पंथ ते सिख पंथ आने वाले समय में कि करवट लेंदे। कैमरामैन गुरदयाल सिंह अमृतसर तो कुलविंदर सिंह की विशेष रिपोर्ट।